ਅਨੀ ਸਾਤਸ਼੍ਰੀਕਾਲ ਮੇਰੇ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਜੀ ਸੋ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤਾਂ ਅੱਜ ਦੀ ਵੀਡੀਓ ਰਾਹੀਂ ਆਪਾਂ ਲੈ ਕੇ حاضر ਹੋ ਚੁੱਕੇ ਹਾਂ ਜਿਸ ਦੇ ਵਿੱਚ ਇੱਕ ਨਵੀਂ ਭਰਤੀ ਦੀ ਗੱਲ ਕਰਨ ਜਾ ਰਹੇ ਹਾਂ ਜਿਹੜੀ ਕੀ ਕੱਢੀ ਗਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਠੀਕ ਹੈ ਜੀ ਸ਼ਾਰਟ ਨੋਟਿਸ ਇਹਦਾ ਆਊਟ ਹੋ ਚੁੱਕਿਆ ਹੈ ਚੌਂਕੀਦਾਰ ਦੀ ਭਰਤੀ ਇਸ ਦੇ ਵਿੱਚ ਰਹੇਗੀ ਰਾਜੀ ਠੀਕ ਹੈ ਜੀ ਤੇ ਇਸ ਦੇ ਵਿੱਚ ਕੀ ਸਿਲੈਕਸ਼ਨ ਪ੍ਰੋਸੈਸ ਰਹੇਗਾ ਕੀ ਕੀ ਐਲੀਜੀਬਿਲਟੀ ਕ੍ਰਾਈਟਰੀਆਸ ਦੇ ਵਿੱਚ ਮੰਗੇ ਗਿਆ ਤੇ ਆਪਾਂ ਅੱਜ ოਫੀਸ਼ਲ ਨੋਟੀਫਿਕੇਸ਼ਨ ਦੇ ਜ਼ਰੀਏ ਦੇਖਾਂਗੇ ਕਿਉਂਕਿ ਉਹ ოਫੀਸ਼ਲ ਨੋਟੀਫਿਕੇਸ਼ਨ ਆਊਟ ਕੀ ਸਿਲੈਕਸ਼ਨ ਪ੍ਰਕਿਰਿਆ ਵਾਸਤੇ ਕਿੰਨਾ ਕੁ ਆਪਾਂ ਨੂੰ ਪੜਾਅ ਪਾਰ ਕਰਨੇ ਪੈਣਗੇ ਠੀਕ ਹੈ ਜੀ ਦੇਖਦੇ ਆਪਾਂ ਨੋਟੀਫਿਕੇਸ਼ਨ ਦੇ ਜ਼ਰੀਏ ਤੇ ਚਲਦੇ ਆਪਾਂ ਨੋਟੀਫਿਕੇਸ਼ਨ ਦੇ ਉੱਪਰ ਤਾਂ ਹਾਂ ਜੀ ਰਾਜ ਆ ਪਹੁੰਚ ਚੁੱਕੇ ਹਾਂ ਇਸ ਦੇ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਪਰ ਠੀਕ ਹੈ ਜੀ ਤੇ ਇਹ ਤੁਸੀਂ ਸਾਰਾ ਉੱਪਰ ਪੜ੍ਹ ਸਕਦੇ ਹੋ ਠੀਕ ਹੈ ਜੀ ਹਾਈ ਕੋਰਟ ਦੀ ਤਰਫੋਂ ਪੰਜਾਬ ਨੇ ਹਾਈ ਕੋਰਟ ਤਰਫੋਂ ਚੌਕੀਦਾਰ ਦੀ ਜੋ ਵੈਕੈਂਸੀ ਕੱਢੀ ਗਈ ਹੈ ਤੇ ਇਸ ਦੇ ਅਪਲੀਕੇਸ਼ਨ ਫਾਰਮ ਲਈ ਰਾਜ ਉਹ ਆਲਰੇਡੀ ਸਟਾਰਟ ਹੋ ਚੁੱਕੇ ਨੇ ਜੀ ਠੀਕ ਹੈ 19 12 ਤੋਂ ਤੇ ਇਹਨਾਂ ਨੂੰ ਭਰਨ ਵਾਸਤੇ ਜੋ ਲਾਸਟ ਡੇਟ ਰੱਖੀ ਗਈ ਹੈ ਫਾਰਮ 9 ਜਨਵਰੀ 2023 ਠੀਕ ਹੈ ਜੀ ਲਗਭਗ 20 ਦਿਨ ਨੇ ਇਸ ਫਾਰਮ ਨੂੰ ਭਰਨ ਵਾਸਤੇ ਯਾਦ ਰੱਖਿਓ ਠੀਕ ਹੈ ਜੀ 9 ਇੱਕ ਤੋਂ ਪਹਿਲਾਂ ਪਹਿਲਾਂ ਤੁਸੀਂ ਫਾਰਮ ਆਪਣਾ ਸਬਮਿਟ ਕਰ ਦਿਓ ਤੇ ਸੋ ਇਹਨਾਂ ਵਾਸਤੇ ਜੋ ਖਾਲੀ ਪੋਸਟਾਂ ਨੇ ਰਹਿ ਜਾਈਆਂ ਉਹ ਪੰਜਾਬ ਪੋਸਟਾਂ ਵਿੱਚ ਕੱਢੀ ਗਈਆਂ ਨੇ ਚੌਂਕੀ ਦਰਵਾਜ਼ੇ ਤੇ نیچے ਦੇਖੋ ਆਪਾਂ ਕੈਟਾਗਰੀ ਵਾਈਜ਼ ਪੋਸਟਾਂ ਨੇ ਦਿੱਤੀਆਂ ਨੇ ਚੌਂਕੀ ਦਰਵਾਜ਼ੇ ਤੇ ਜੋ ਪੋਸਟਾਂ ਨੇ ਜਨਰਲ ਕੈਟਾਗਰੀ ਵਾਸਤੇ 42 ਪੋਸਟਾਂ ਐਸ ਸੀ ਐਸ ٹی ਬੀ ਸੀ ਵਾਸਤੇ 5 ਪੋਸਟਾਂ ਐਕਸ ਸਰਵਿਸ ਮਨਵਾ ਵਾਸਤੇ 3 ਪੋਸਟਾਂ ਠੀਕ ਹੈ ਜੀ ਬਾਕੀ ਪੋਸਟਾਂ ਇਨਕਰੀਜ਼ ਡਿਕਰੀਜ਼ ਹੋ ਸਕ ਸੋ ਡਿਪੈਂਡ ਕਰਦਾ ਹੈ ਹਾਈ ਕੋਰਟ ਦੇ ਉੱਪਰ ਉਹਨਾਂ ਦੇ ਡਿਪਾਰਟਮੈਂਟ ਦੇ ਉੱਪਰ ਠੀਕ ਹੈ ਜੀ ਏਜ ਦੀ ਗੱਲ ਕਰਦੇ ਆ ਬਹੁਤ ਸਾਰੇ ਕੈਂਡੀਡੇਟ ਨੂੰ ਇਸ ਦੇ ਵਿੱਚ ਡਾਕਟਰ ਇਹਨਾਂ ਦਾ ਏਜ ਦੇਖੋ ਤਾਂ ਏਜ ਇਸ ਦੇ ਵਿੱਚ राजे 18 ਸਾਲ ਤੋਂ ਮੰਗੀ ਗਈ ਹੈ 35 ਸਾਲ ਤੱਕ ਠੀਕ ਹੈ ਜੀ ਸੋ ਇਹਨਾਂ ਦੇ ਵਿੱਚ ਕਾਰਜੋ ਕੈਂਡੀਡੇਟ ਨੇ ਸੇ ਇਸ ਪੋਸਟ ਨੂੰ ਭਰ ਸਕਦੇ ਨੇ ਤੇ ਨਾਲ ਹੀ ਇਸ ਦੇ ਵਿੱਚ ਹੋਰ ਜੋ ਏਜ ਰੈਲੈਕਸੇਸ਼ਨ ਮਿਲਦਾ ਠੀਕ ਹੈ ਉਹ ਵੀ ਇਸ ਦੇ ਵਿੱਚ ਮਿਲੇਗਾ राजे ਤੇ ਜਿਵੇਂ ਕਿ ਐਸਐਚੀਪ 5 ਸਾਲ ਦਾ OBC 3 ਸਾਲ ਦਾ ਠੀਕ ਹੈ ਇਸ ਤਰ੍ਹਾਂ ਰੈਲੈਕਸੇਸ਼ਨ ਇਸ ਦੇ ਵਿੱਚ ਮਿਲ ਜੇਗਾ ਨੈਕਸਟ ਗੱਲ ਕਰਦੇ ਆਪਾਂ ਕੁਆਲਿਫਿਕੇਸ਼ਨ ਦੀ ਕੁਆਲੀਫਿਕੇਸ਼ਨ ਵਿੱਚ ਤੇ ਜੋ ਕੋਈ ਜ਼ਿਆਦਾ ਨਹੀਂ ਹੈ ਰਜੇ ਸੋ ਮੀਡਲ ਸਟੈਂਡਰਡ ਜਾਨਕੀ 8ਵੀਂ ਪਾਸ ਠੀਕ ਹੈ ਜੀ 8ਥ ਪਾਸ ਕੋਈ ਵੀ ਕੈਂਡੀਡੇਟ ਇਸ ਪੋਸਟ ਵਾਸਤੇ ਅਪਲਾਈ ਕਰ ਸਕਦਾ ਹੈ ਤੇ ਸਿੰਪਲ 8ਵੀਂ ਪਾਸ ਹੈ ਤੇ ਇਹ ਗੱਲ ਕਰੀ ਆਪਾਂ ਫੀਸ ਦੀ ਇਸ ਦੇ ਵਿੱਚ ਫੀਸ ਜੋ ਚਾਰਜ ਲੱਗੀ ਕਿਰਾ ਜੀ ਉਹ ਕੈਟਾਗਰੀ ਵਾਈਜ਼ ਦਿੱਤੀ ਗਿਆ ਠੀਕ ਹੈ ਜਨਰਲ ਵਗੈਰਾ ਵੇ ਦੇਖੋ ਜੋ ਆਨਲਾਈਨ ਚਾਰਜ ਹੈ 510 ਤੇ ਅਪਲੀਕੇਸ਼ਨ ਫੀਸ 200 ਨਿੱਕੀ 710 ਰੁਪਏ ਹੋਗੀ ਇਸ ਤਰ੍ਹਾਂ ਐਸਐਸਟੀਬੀਸੀ ਸਟੇਟਸ ਪੰਜਾਬ ਏਰੀਆ ਹੈਂਡ ਜੂਟੀ ਚੰਡੀਗੜ੍ਹ ਵਾਸਤੇ 510 ਤੇ 100 610 ਹੋਗੀ ਇੱਕ ਸਰਵਿਸ ਮਨ ਵਾਸਤੇ ਵੀ ਛੇ ਸੌ ਦਸ ਹੋ ਗਈ ਠੀਕ ਹੈ ਜੀ ਇਹ ਤੁਸੀਂ ਫੀਸ ਦੇਖ ਲੈਣਾ ਆਪਣੀ ਤੇ نیچے ਰਿਜ਼ਰਵੇਸ਼ਨ ਵਾਸਤੇ ਦਿੱਤਾ ਕੈਟਾਗਰੀ ਵਾਈਜ਼ ਜਿਹੜੀ ਕਿ ਐਸਐਸਟੀ, ਓਬੀਸੀ ਜੋ ਆਪਣੇ ਪੰਜਾਬ ਦੇ ਵਿੱਚ ਹੁੰਦੇ ਨੇ ਰੈਣ ਦੇ ਵਿੱਚ ਠੀਕ ਹੈ ਉਹਨਾਂ ਰਿਜ਼ਰਵੇਸ਼ਨ ਦੱਸਦੇ ਦੱਸਿਆ ਹੋਇਆ ਤੇ نیچے ਚੱਲਦੇ ਆਪਾਂ ਜੋ ਇੰਪੋਰਟ ਗੱਲਾਂ ਨੇ ਉਹ ਪਾ ਦੇਖ ਲੈਣੇ ਆ ਵਿੱਚ ਤਾਂ ਇਹ ਕੋ ਸਭ ਤੋਂ ਮੇਨ ਰਾਜ ਇਸ ਦੇ ਵਿੱਚ ਸਿਲੈਕਸ਼ਨ ਠੀਕ ਹੈ ਜੀ ਮਤਲਬ ਕਿਵੇਂ ਹੋਊਗੀ ਜੇ ਪੋਸਟ ਭਰਤੀ ਉਸ ਤੋਂ ਬਾਅਦ ਪੀਪਲ ਹੋਏਗਾ ਜਾਂ ਕੀ ਬਣੇਗਾ ਤਾਂ ਦੇਖੋ ਇਸ ਦੇ ਵਿੱਚ ਰਾਜ ਤੁਹਾਡਾ ਪੀਪਲ ਹੋਵੇਗਾ ਜੀ ਠੀਕ ਹੈ ਸੋ ਆਪਾਂ ਤੁਹਾਨੂੰ ਮੈਂ ਸਾਰਾ ਦੱਸ ਦਿੰਦੇ ਹਾਂ ਇਸ ਦੇ ਵਿੱਚ ਕੀ ਕੀ ਲਿਖਿਆ ਦੇਖੋ ਟੋਡਾ ਆਨਲਾਈਨ ਰਿਟਨ ਟੈਸਟ ਹੋਵੇਗਾ ਜੀ ਜੋ ਕਿ ਕੰਪਿਊਟਰ ਬੇਸਡ ਹੋਵੇਗਾ ਠੀਕ ਹੈ ਸਾਫ ਸਾਫ ਲਿਖਿਆ ਇਨਾਂ ਨੇ ਆਨਲਾਈਨ ਰਿਟਨ ਟੈਸਟ ਹੋਵੇਗਾ ਕੰਪਿਊਟਰ ਬੇਸਡ ਤੇ ਜਿਸ ਦੇ ਵਿੱਚ ਜੋ ਕੁਐਸਚਨ ਰਹਿਣਗੇ ਜੀ ਉਹ 50 ਕੁਐਸਚਨ ਰਹਿਣਗੇ 50 ਮਲਟੀਪਲ ਚੁਆਇਸ ਕੁਐਸਚਨ ਰਹਿਣਗੇ ਜਿਹੜਾ ਇੱਕ ਕੁਐਸਚਨ ਹੋਊਗਾ ਉਹ 2 ਮਾਰਕ ਦਾ ਹੋਊਗਾ ਜਨਨ ਕਿ ਇੱਕ ਕੁਐਸਚਨ ਜਿਹੜਾ 2 ਨੰਬਰ ਦਾ ਹੋਊਗਾ ਟੋਟਲ ਨੰਬਰ ਹੋਗੇ 100 ਮਾਰਕਸ ਠੀਕ ਹੈ ਜੀ ਇਹ ਨੂੰ ਹੋਰ ਨੋਟ ਕਰ ਲਿਓ 50 ਰਹਿਣਗੇ ਜੀ 50 ਕੁਐਸਚਨ ਆਣਗੇ ਇੱਕ ਕੁਐਸਚਨ 2 ਮਾਰਕਸ ਦਾ ਹੋਊਗਾ ਟੋਟਲ ਨੰਬਰ ਜਾਂ ਇਸ ਦੇ ਵਿੱਚ ਕਿਸੇ ਕਿਸੇ ਦੇ ਵਿੱਚ ਉਹ ਕੁਐਸਚਨ ਜੋ ਪੁੱਛੇ ਜਾਣਗੇ ਜਨਰਲ ਨੌਲੇਜ ਦੇ ਵਿੱਚੋਂ ਜਨਰਲ ਅਵੇਅਰਨੈਸ ਵਿੱਚੋਂ ਕਰੰਟ ਅਫੇਅਰ ਠੀਕ ਹੈ ਜੀ ਇਹਨਾਂ ਦੇ ਵਿੱਚ ਤੁਹਾਡੇ ਕੁਐਸਚਨ ਜੋ ਉਹ ਪੁੱਛੇ ਜਾਣਗੇ ਤੇ ਇਸ ਦੇ ਵਿੱਚ ਕੋਈ ਵੀ ਨੈਗੇਟਿਵ ਮਾਰਕਿੰਗ ਦੇਖੋ ਇੱਥੇ ਲਿਖਿਆ ਗਿਆ ਇਹਨਾਂ ਨੇ No negative marking ਇਸ ਦੇ ਵਿੱਚ ਕੋਈ ਵੀ ਪੇਪਰ ਦੇ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਏਗੀ ਜੇ ਕੋਈ ਕੁਐਸਚਨ ਗਲਤ ਹੁੰਦਾ ਤੇ ਇਸ ਦੇ ਵਿੱਚ ਕੋਈ ਵੀ ਨੰਬਰ ਤੁਹਾਡਾ ਨਹੀਂ ਘਟੇਗਾ ਠੀਕ ਹੈ ਤੇ ਪੇਪਰ ਨੂੰ ਹੱਲ ਕਰਨ ਵਾਸਤੇ ਤੁਹਾਨੂੰ ਜੋ ਟਾਈਮ ਦਿੱਤਾ ਜਾਵੇਗਾ ਟਾਈਮ ਡਿਰੇਸ਼ਨ ਹੋਏਗੀ ਜੀ ਉਹ 90 ਮਿੰਟ ਹੋਏਗੀ ਠੀਕ ਹੈ ਯਾਨੀ ਕਿ ਡੇਢ ਘੰਟਾ ਤੁਹਾਨੂੰ ਇਸ ਪੇ ਤੇ ਨਾਲ ਇਸ ਦੇ ਵਿੱਚ ਦੱਸਿਆ ਗਿਆ राजे ਸਿਰਫ ਇਹ ਕੁਆਲੀਫਾਈਂਗ ਨੇਚਰ ਹੋਏਗਾ ਦੇਖੋ ਓਨਲੀ ਕੁਆਲੀਫਾਈਂਗ ਨੇਚਰ ਜਾਨੀ ਕਿ ਜਿੰਨੀ ਮੈਟ ਬਣੇਗੀ ਸਿਰਫ ਕੁਆਲੀਫਾਈਂਗ ਹੋਏਗਾ ਕਿਉਂਕਿ ਜਿਹੜੇ ਸ਼ਾਰਟਲਿਸਟਡ ਕੈਂਡੀਡੇਟ ਕੀਤੇ ਜਾਣਗੇ ਉਹ ਕਿੰਨੇ ਕੀਤੇ ਜਾਣਗੇ राजे ਸੋ ਵੀ ਇਹਨਾਂ ਨੇ ਲਿਖਿਆ ਦੇਖੋ ਮੈਂ ਤੁਹਾਨੂੰ ਨੀਚੇ ਦੱਸ ਦਿੰਦਾ ਜਿਹੜੀ ਕਿ ਮੈਟ ਮੁਤਾਬਿਕ ਸ਼ਾਰਟਲਿਸਟਡ ਕੈਂਡੀਡੇਟ ਕੀਤੇ ਜਾਣਗੇ ਮੈਟ ਦੇ ਮੁਤਾਬਿਕ ਜਿੰਨੀ ਮੈਟ ਬਣੇਗੀ ਠੀਕ ਹੈ ਦੇਖੋ ਵੈਕੈਂਸੀ ਆਪਣੇ ਕੋਲ 50 ਠੀਕ ਹੈ ਤੇ ਉਸਦੇ 10 ਟਾਈਮਸ ਆ ਦੇਖੋ 10 ਗੁਣਾ ਕੈਟਾਗਰੀ ਵਾਈਜ਼ ਭਲਾਏ ਜਾਣਗੇ ਹੁਣ ਇਹਦੇ 10 ਗੁਣਾ ਕਰ ਲੋ ਤਾਂ ਆਪਣੇ ਕੋਲ ਸਟੂਡੈਂਟ ਬਣਗੇ 500 ਠੀਕ ਹੈ ਜੀ ਜਨਕੀ ਜੋ 500 ਸਟੂਡੈਂਟ ਹੋਣਗੇ ਉਹ ਕੁਆਲੀਫਾਈਂਗ ਕੀਤੇ ਜਾਣਗੇ ਮਤਲਬ ਕਿ ਉਹ ਸੈਕੰਡ ਸਟੇਜ ਲਈ ਬੁਲਾਏ ਜਾਣਗੇ ਸੈਕੰਡ ਸਟੇਜ ਦੇ ਵਿੱਚ ਕੀ ਹੋਏਗਾ ਅਜ ਦੇਖੋ ਇਹਦੇ ਵਿੱਚ ਸ਼ਾਰਟਲਿਸਟ ਹੋਣਗੇ ਜਿਹੜੇ ਕੈਂਡੀਡੇਟ ਆ ਸੋ ਉਹਨਾਂ ਦੀ ਇੰਟਰਵਿਊ ਹੋਏਗੀ ਠੀਕ ਹੈ ਜੀ ਇਹ ਇੰਟਰਵਿਊ ਲਿਖਿਆ ਦੇਖੋ ਇਹਨਾਂ ਦਾ ਜਨਕੀ ਕੁਸ਼ ਪੇਪਰ ਤੋਂ ਬਾਅਦ ਤੁਹਾਡੀ ਇੰਟਰਵਿਊ ਹੋਏਗੀ ਠੀਕ ਹੈ ਜੀ ਤਾਂ ਇਹ 500 ਕੈਂਡੀਡੇਟ ਹੋਣਗੇ ਉਹਨਾਂ ਦੀ ਇੰਟਰਵਿਊ ਤੋਂ ਬਾਅਦ ਫਿਰ ਜਿਹੜਾ ਫਾਈਨਲ ਸਿਲੈਕਸ਼ਨ ਆ ਉਹ ਬਣੇਗੀ ਠੀਕ ਹੈ ਇਹ ਲਿਖਿਆ ਤੇ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਇੰਟਰਵਿਊ ਹੋਏ ਕਰਾਜੇ ਉਸਦੇ ਵੀ ਨੰਬਰ ਦਿੱਤੇ ਹੋਏ ਨੇ ਇੱਥੇ ਦੀ ਇੰਟਰਵਿਊ ਸ਼ੈਲ ਵੀ ਦਾ 50 ਮਾਰਕ ਜਨਕੀ 50 ਮਾਰਕ ਦੀ ਸਿਲੈਕਟ ਲਿਸਟ ਇਸ ਸ਼ੈਲ ਵੀ ਦਾ ਪ੍ਰਪੇਅਰਡ ਔਨ ਦੀ ਬਿਸਸ ਆਫ ਦੀ ਮਾਰਕਸ ਸਕਿਉਰਡ ਬਾਈ ਦਾ ਕੈਂਡੀਡੇਟ ਇਨ ਦੀ ਇੰਟਰਵਿਊ ਠੀਕ ਹੈ ਜੀ ਸੋ ਇਸਦੇ ਮਾਰਕ ਦਿੱਤੇ ਨੇ ਤਾਂ ਤੁਸੀਂ ਇਹ ਚੈੱਕ ਕਰ ਲਿਓ ਇਸ ਦੇ ਵਿੱਚ ਵੀ ਠੀਕ ਹੈ ਇੰਟਰਵਿਊ ਵਗੈਰਾ ਦੇ ਤੇ ਇਸ ਦੇ ਵਿੱਚ ਦੇਖੋ ਜਿਹੜਾ ਪੇਪਰ ਹੋਇਆ ਕਰਾਜੇ ਜਿਵੇਂ ਆਪਾਂ ਨੇ ਪੁਲਿਸ ਵਗੈਰਾ ਦੇ ਪੇਪਰ ਦਿੱਤੇ ਨੇ ਉਸ ਦੇ ਵਿੱਚ ਵੀ ਨਾਰਮਲ ਰਿਵੀਜ਼ਨ ਹੁੰਦੀ ਹੈ ਸੋ ਇਸ ਦੇ ਵਿੱਚ ਵੀ ਨਾਰਮਲ ਵੀ ਸ਼ੁਰੂ ਕਰਾ ਹੋਏਗੀ ਇਸ ਦੇ ਵਿੱਚ ਵੀ ਠੀਕ ਹੈ ਸੋ ਇਸ ਪੁਆਇੰਟ ਨੂੰ ਨੋਟ ਰੱਖੇ ਤੁਸੀਂ ਤੇ ਹੋਰ ਦੇਖਦੇ ਆਪਾਂ ਇਸ ਦੇ ਵਿੱਚ ਜ਼ਰੂਰੀ ਗੱਲਾਂ ਤਾਂ ਹੁਣ ਬਹੁਤ ਸਾਰੇ ਬੱਚਿਆਂ ਦਾ ਡਾਊਟ ਰਹੇਗਾ ਕਿ ਇਸ ਦਾ ਜੋ ਪੇਪਰ ਆਉ ਕਦੋਂ ਹੋ ਸਕਦਾ ਹੈ ਠੀਕ ਹੈ ਜਨਵਰੀ ਜੋ ਲਾਸਟ ਡੇਟ ਆਨਫੋਰਮ ਭਰਨ ਵਾਸਤੇ 9 ਜਨਵਰੀ 2023 ਠੀਕ ਹੈ ਜੀ ਤਾਂ ਇਹਨਾਂ ਨੇ ਜੋ ਡੇਟ ਆਫ ਐਗਜ਼ਾਮੀਨੇਸ਼ਨ ਦੀ ਜਿਹੜੇ ਐਕਸਪੈਕਟਿਡ ਠੀਕ ਹੈ ਜੀ ਡੇਟ ਆਪਾਂ ਦੇਖ ਸਕਦੇ ਹਾਂ ਜਿਸ ਦੇ ਵਿੱਚ ਇਹਨਾਂ ਨੇ ਫਰਵਰੀ ਮਾਰਚ 2023 ਦੇ ਵਿੱਚ ਇਹਨਾਂ ਨੇ ਐਕਸਪੈਕਟਿਡ ਦੱਸੀ ਹੈ ਬੇਤਕੜੜੜਾ ਐਗਜ਼ਾਮ ਹਰ ਕੰਡਕਟ ਕਰਵਾਇਆ ਜਾ ਸਕਦਾ ਠੀਕ ਹੈ ਜੀ ਬਾਕੀ ਇਹਨਾਂ ਨੇ ਆਫੀਸ਼ੀਅਲ ਵੈਬਸਾਈਟ ਦਿੱਤੀ ਹੈ ਵੀ ਤੁਸੀਂ ਇਸ ਦੇ ਉੱਪਰ ਵਿਜ਼ਿਟ ਕਰਦੇ ਰਹੋ ਠੀਕ ਹੈ ਜਦੋਂ ਵੀ ਕੋਈ ਐਡਮਿਟ ਕਾਰਡ ਵਾਲਾ ਜਾਂ ਕੋਈ ਹੋਰ ਸੂਚਨਾ ਅਪਡੇਟ ਆਉਂਦੀ ਹੈ ਤਾਂ ਇਸ ਦੇ ਉੱਪਰ ਸਾਂਝੀ ਕਰ ਦਿੱਤੀ ਜਾਊਗੀ ਠੀਕ ਹੈ ਬਾਕੀ ਆਪਣਾ ਟੈਲੀਗ੍ਰam ਚੈਨਲ ਹੈ ਉਸ ਦੇ ਵੀ ਉੱਪਰ ਸਾਂਝੀ ਕਰਦੇ ਰਹਾਂਗੇ ਜਦੋਂ ਵੀ ਕੋਈ ਐਡਮਿਟ ਕਾਰਡ ਵਗੈਰਾ ਜਾਂ ਕੋਈ ਹੋਰ ਇਸ ਦੇ ਵਿੱਚ ਕੋਈ ਸੂਚਨਾ ਆਉਂਦੀ ਹੈ ਤਾਂ ਆਪਾਂ ਟੈਲੀਗ੍ਰam ਦੇ ਉੱਪਰ ਤੁਹਾਨੂੰ ਸਾਂਝੀ ਕਰ ਦਾਂਗੇ ਜੀ ਉਸ ਦਾ ਲਿੰਕ ਆਪਣੇ ਵੀਡੀਓ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ ਤਾਂ ਕਿ ਜੁਆਇਨ ਜ਼ਰੂਰ ਹੋ ਜਾਇਓ ਬਾਕੀ ਪਹਿਲਾਂ ਪਹਿਲਾਂ ਜਿਹਨੇ ਪੋਸਟ ਤੇਰੇ ਜੇ ਸੋਚਿਤ ਵੀਡੀਓ ਦੇ ਵਿੱਚ ਬਸ ਇੰਨਾ ਹੀ ਸੀ ਸੋ ਐਨੀ ਜੋ ਡਿਟੇਲ ਦਿੱਤੀ ਗਈ ਇਸ ਦੇ ਵਿੱਚ ਠੀਕ ਆਈ ਹੋਪ ਤੁਹਾਨੂੰ ਸਾਰੇ ਡਾਟ ਦੂਰ ਹੋ ਗਏ ਹੋਣਗੇ ਜੇਕਰ ਕੋਈ ਡਾਊਟ ਹੋਇਆ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਦੱਸ ਦਿਓ ਸੋ ਆਪਾਂ ਉਸ ਦਾ ਜਵਾਬ ਦੇਣ ਦੀ ਪੂਰ ਪੂਰੀ ਕੋਸ਼ਿਸ਼ ਕਰਾਂਗੇ ਜੀ ਠੀਕ ਹੈ ਸੋ ਇਸ ਤਰ੍ਹਾਂ ਜਿਹੜਾ ਆਪਣੇ ਕੋਈ ਪੰਜਾਬ ਦੇ ਵਿੱਚ ਨੌਕਰੀ ਆਉਂਦੀ ਹੈ ਸੋ ਅਪਡੇਟ ਆਪਾਂ ਚੈਨਲ ਦੇ ਉੱਪਰ ਲੈ ਕੇ ਆਉਂਦੇ ਰਹਿੰਦੇ ਆ ਚੈਨਲ ਨਾਲ ਜੁੜੂ ਜੁੜ ਜੇ ਚੈਨਲ ਸਬਸਕ੍ਰਾਈਬ ਕਰ ਲਿਓ ਨਾਲ ਵਾਲੀ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਠੀਕ ਹੈ ਸੋ ਵੀਡੀਓ ਨੂੰ ਵਾਤ ਵਾਤ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਜੀ ਵੀ